ਦੇ ਵਿੱਚ ਜਦੋਂ ਵੀ ਕਿ ਰੋਡ ਦੇ ਵਿੱਚ ਐਕਸੀਡੈਂਟ ਹੁੰਦਾ 30 ਕਿਲੋਮੀਟਰ ਦੇ ਵਿੱਚ ਗੱਡੀ ਸਾਡੀ ਖੜੀ ਹੋਏਗੀ ਜੀ। ਇਹਦੇ ਵਿੱਚ ਸਾਨੂੰ 112 ਨੰਬਰ 'ਤੇ ਸਾਨੂੰ ਕਾਲ ਜਾਊਗੀ ਅਤੇ ਅਸੀਂ 10-15 ਮਿੰਟ ਦੇ ਵਿੱਚ ਅਸੀਂ ਸਪੋਟ 'ਤੇ ਜਾਵਾਂਗੇ। ਜਿਹੜੇ ਇੰਜਰਡ ਬੰਦੇ ਹੋਏ ਨੇ ਪ੍ਰਾਇਓਰਟੀ ਇਹੀ ਰਹਿਣੀ, ਬਿਲਕੁਲ ਜੀ ਬਿਲਕੁਲ, ਜਿਹੜੇ ਬੰਦੇ ਇੰਜਰਡ ਹੈ ਸਾਡੀ ਪ੍ਰਾਇਓਰਟੀ ਹੋਏਗੀ ਕਿ ਅਸੀਂ ਉਹਨਾਂ ਸਿੱਧਾ ਹੋਸਪਿਟਲ ਲੈ ਕੇ ਜਾਵਾਂਗੇ। ਜੋ ਵੀ ਐਕਸੀਡੈਂਟ ਜਿਨ੍ਹਾਂ ਦਾ ਹੋਇਆ ਉਹਨਾਂ ਨੂੰ ਹੋਸਪਿਟਲ ਪਹੁੰਚਾਉਣਾ ਸਭ ਤੋਂ ਪਹਿਲੀ ਉਹ ਹੋਏਗਾ ਜੀ। ਜਿਹੜਾ ਕੈਮਰਾ ਹੈ ਉਹ ਸਟਾਰਟ ਹੋ ਜਾਏਗਾ, ਯਾਨੀ ਕਿ ਜਿੱਦਾਂ ਜਾਣਕਾਰੀ ਦਿੱਤੀ ਸੀ ਸੀਨੀਅਰ ਅਫਸਰਾਂ ਵੱਲੋਂ ਵੀ ਕਿ ਇਹ ਪੂਰਾ ਕੈਮਰਾ ਜਿਹੜਾ ਹੈ ਇਹ ਪੂਰਾ ਹੁਣ ਸਟਾਰਟ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਤੋਂ ਸੜਕ ਸੁਰੱਖਿਆ ਫੋਰਸ ਦੇ ਤਹਿਤ ਗੱਡੀਆਂ ਹੁਣ ਸੜਕਾਂ ਤੇ ਦਿਖਣਗੀਆਂ। ਮਕਸਦ ਇਹੀ ਹੈ ਸੜਕ ਸੁਰੱਖਿਆ ਫੋਰਸ ਦਾ, ਜਿਹੜੀ ਪੰਜਾਬ ਸਰਕਾਰ ਦਾ ਵੱਡਾ ਇਨੀਸ਼ੀਏਟਿਵ ਹੈ ਕਿ ਕਿਸੇ ਵੀ ਤਰ੍ਹਾਂ ਕੋਈ ਦੁਰਘਟਨਾ ਨਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਜੋ ਐਕਸੀਡੈਂਟ ਦਾ ਆਂਕੜਾ ਪਿਛਲੀ ਵਾਰੀ ਦੇਖਿਆ ਗਿਆ ਸੀਗਾ ਉਹ ਨਾ ਹੋਵੇ, ਔਰ ਇਸੇ ਮਕਸਦ ਦੇ ਨਾਲ ਸੜਕ ਸੁਰੱਖਿਆ ਫੋਰਸ ਨੂੰ ਲਾਇਆ ਗਿਆ ਔਰ ਅੱਜ ਤੋਂ ਇਹ ਇਹਨਾਂ ਦੀ ਹੁਣ ਸੜਕਾਂ ਤੇ ਮੌਜੂਦਗੀ ਰਹਿਣ ਵਾਲੀ ਹੈ। ਹਰ 30 ਕਿਲੋਮੀਟਰ ਤੇ ਇਹ ਗੱਡੀਆਂ ਮਿਲਣਗੀਆਂ ਔਰ ਇਹਦੇ 'ਚ ਜਿੱਦਾਂ ਸੀਐਮ ਸਾਹਿਬ ਨੇ ਵੀ ਇਹ ਸਾਰੀ ਚੀਜ਼ਾਂ ਦੱਸੀ ਸੀ, ਸੀਐਮ ਭਗਵੰਤ ਮਾਨ ਵੱਲੋਂ ਜਦ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਗੱਡੀਆਂ ਦੀ ਖਾਸੀਅਤ ਕੀ ਹੈ, ਲੋਕਾਂ ਨੂੰ ਕਿਸ ਤਰ੍ਹਾਂ ਦੀ ਸੁਵਿਧਾਵਾਂ, ਕਿਸ ਤਰ੍ਹਾਂ ਦੀ ਹੋਰ ਚੀਜ਼ਾਂ ਮਿਲਣ ਵਾਲੀ ਹੈ, ਕਿਉਂਕਿ ਕਈ ਦਿਨਾਂ 'ਚ ਦੇਖਿਆ ਗਿਆ ਪਹਿਲਾਂ ਕਿ ਕਈ ਮੌਤਾਂ ਦਾ ਆਂਕੜਾ ਵਧਿਆ ਹੈ ਜਿਸ ਕਰਕੇ ਤੇਜ਼ ਰਫਤਾਰ ਦਾ ਕਹਿਰ ਜਾਂ ਫਿਰ ਡਰਿੰਕ ਕਰਕੇ ਗੱਡੀਆਂ ਚਲਾਉਣਾ, ਔਰ ਇਹੀ ਮਕਸਦ ਹੁਣ ਇਸ ਗੱਡੀਆਂ ਦਾ ਹੈ ਕਿ ਉਹ ਸਾਰੀ ਚੀਜ਼ਾਂ ਤੇ ਨਕੇਲ ਕਸਣਾ। ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਚੀਜ਼ਾਂ ਕੀ ਮਿਲ ਇਹਨਾਂ ਨੂੰ ਮਿਲਿਆ ਹੈ। ਪੂਰੀ 5,000 ਤੋਂ ਵੀ ਜ਼ਿਆਦਾ ਫੋਰਸ ਇਹਦੇ ਵਿੱਚ ਡਿਪਲੋਏ ਕੀਤੀ ਗਈ ਹੈ, 144 ਗੱਡੀਆਂ ਜਿਹੜੀਆਂ ਉਹ ਲਾਈ ਗਈਆਂ, ਸਾਰੀ ਚੀਜ਼ਾਂ ਇਹਦੇ ਵਿੱਚ ਇੱਕ ਪੂਰਾ ਮਲਟੀਮੀਡੀਆ ਪੋਰਟੇਬਲ ਸਪੀਕਰ ਦਿੱਤਾ ਗਿਆ, ਹਰ ਇੱਕ ਗੱਡੀ ਦੇ ਵਿੱਚ ਤੁਹਾਨੂੰ ਇੱਕ ਸਪੀਕਰ ਦਿਖੂਗਾ, ਨਾਲ ਦੇ ਨਾਲ ਇੱਕ ਬਿਲਟਨ ਦਾ ਪਾਣੀ ਦਾ, ਜਿਹੜੀ ਟੀਮ ਇੱਥੇ ਬੈਠੇਗੀ ਡਰਾਈਵਰ ਦੇ ਨਾਲ ਨਾਲ ਜਿਹੜੀ ਵੀ ਟੀਮ ਇਹਦੇ ਵਿੱਚ ਮੌਜੂਦ ਰਹਿਣ ਵਾਲੀ ਹੈ ਉਹ ਇਹਨਾਂ ਨੂੰ ਦਿੱਤੀ ਗਈ ਹੈ, ਕਿਉਂਕਿ ਇਹ ਗੱਡੀਆਂ ਸੜਕਾਂ ਤੇ ਰਹਿਣ ਵਾਲੀ ਹੈ, ਹਾਈਵੇ ਤੇ ਰਹਿਣ ਵਾਲੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਹੋ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਪੂਰੇ ਹਿਸਾਬ ਨਾਲ ਇਹ ਗੱਡੀਆਂ ਨੂੰ ਤਿਆਰ ਕੀਤਾ ਹੋਇਆ, ਔਰ ਇਹ ਗੱਡੀਆਂ ਦੀ ਖਾਸੀਅਤ ਇਹ ਕਿ ਪੂਰੀ ਕੈਮਰੇ ਦੇ ਜਿਹੜੀ ਲੈਸ ਹੈ, ਹਾਲਾਂਕਿ ਦੂਜੀ ਸਾਈਡ ਤੋਂ ਬਾਹਰਲੀ ਆਊਟਰ ਸਾਈਡ ਤਾਂ ਇਹਨਾਂ ਦੀ ਪੂਰੀ ਨਜ਼ਰ ਰਹਿਣ ਵਾਲੀ ਹੈ, ਔਰ ਇੰਟਰਨਲ ਵੀ ਇਹ ਪੂਰਾ ਜਿਹੜਾ ਵੀ ਮੁਲਾਜ਼ਮ ਹੈ, ਪੁਲਿਸ ਮੁਲਾਜ਼ਮ ਹੈ, ਉਹਨਾਂ ਦੀ ਅੰਦਰ ਦੀ ਐਕਟੀਵਿਟੀ ਕੀ ਹੈ, ਗੱਡੀ ਕਿੰਨੀ ਸਪੀਡ ਤੇ ਚੱਲ ਰਹੀ ਹੈ, ਸਾਰੀ ਚੀਜ਼ਾਂ ਨੂੰ ਲੈ ਕੇ ਵੀ ਇੱਕ ਪੂਰਾ ਮੋਨੀਟਰਿੰਗ ਸੈੱਲ ਬਣਾਇਆ ਗਿਆ ਹੈ, ਔਰ ਪੂਰਾ ਮੈਡੀਕਲ ਕਿੱਟ ਇਹਦੇ ਵਿੱਚ ਸਾਰੀ ਮੌਜੂਦ ਰਹਿਣ ਵਾਲੀ ਹੈ। ਸਾਰੀ ਚੀਜ਼ਾਂ ਨੂੰ ਲੈ ਕੇ ਪੂਰਾ ਲੈਸ ਇਹ ਗੱਡੀਆਂ ਹੁਣ ਅੱਜ ਤੋਂ ਸੜਕਾਂ ਤੇ ਦਿਖਣਗੀਆਂ। ਅਲੱਗ ਅਲੱਗ ਰੇਂਜ 'ਚ ਇਹ ਗੱਡੀਆਂ ਭੇਜੀ ਜਾ ਰਹੀਆਂ ਤੇ ਹੁਣ ਸਾਰੀਆਂ ਗੱਡੀਆਂ ਨੂੰ 82 ਬਟਾਲੀਅਨ ਤੋਂ ਰਵਾਨਾ ਕੀਤਾ ਜਾ ਰਿਹਾ। ਸਾਡੇ ਨਾਲ ਸੀਨੀਅਰ ਆਫਿਸਰ ਵੀ ਜੁੜਨਗੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਸੁਵਿਧਾਵਾਂ। ਡਿਪਟੀ ਸਾਹਿਬ, ਇਹ ਸ਼ੁਰੂਆਤ ਕੀਤੀ ਗਈ ਹੈ, ਕਿਸ ਤਰ੍ਹਾਂ ਦੀ ਅੱਜ ਤੋਂ ਲੋਕਾਂ ਨੂੰ ਦੇ ਰਹੇ ਹੈ, ਹੋਰ ਕਿਹੜੇ ਕਿਹੜੇ ਕਿੰਨੇ ਕਿੰਨੇ ਕਿਲੋਮੀਟਰ ਤੱਕ ਜਿਹੜਾ ਹੈਗਾ ਇਹਦੇ ਜਿਹੜੀ ਸੇਵਾਵਾਂ ਮਿਲਣੀ ਵਾਲੀ? ਇਹ ਮਾਨਯੋਗ ਸੀਐਮ ਸਾਹਿਬ, ਡੀਜੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਇਹ ਗੱਡੀਆਂ ਜਿਹੜੀਆਂ ਹੈਗੀਆਂ 144 ਅੱਜ ਅਸੀਂ ਸੜਕ 'ਤੇ ਭੇਜ ਰਹੇ ਹਾਂ, ਕਈ ਜਗ੍ਹਾ 'ਚ ਅਸੀਂ ਐਗਜੀਕਿਊਟ ਕਰ ਰਹੇ ਹੈਗੇ। ਇਹ ਗੱਡੀਆਂ ਬਹੁਤ ਆਉਣ ਵਾਲੀ ਜਿਹੜੇ ਐਕਸੀਡੈਂਟ ਜਿਹੜੇ ਰੋਡ 'ਤੇ ਹੋਣਗੇ ਉਹਨਾਂ ਨੂੰ ਬਚਾਉਣ ਲਈ ਬਹੁਤ ਵਧੀਆ ਉਪਰਾਲਾ ਕੀਤਾ ਸੀ ਐਮ ਸਾਹਿਬ ਨੇ ਕੀਤਾ ਹੈਗਾ। ਇਹ ਬੜੀ ਹਾਈਟੈਕ ਗੱਡੀ ਹੈਗੀ ਹੈ, ਇਹਦੇ 'ਚ ਹਰ ਇੱਕ ਆਰਟੀਫਿਸ਼ਲ ਇਕੁਪਮੈਂਟ ਲੱਗਿਆ ਹੋਇਆ ਹੈ, ਕੈਮਰੇ ਲੱਗੇ ਹੋਏ ਨੇ ਜੀ, ਆਰਟੀਫਿਸ਼ਲ ਇੰਟੈਲੀਜੈਂਸ ਦੇ ਤਹਿਤ ਸਾਰੀ ਚੀਜ਼ਾਂ ਮੁਹੱਈਆ ਕਰਾਈ ਗਈ ਹੈ ਜੀ। ਠੀਕ ਹੈ, ਅਤੇ ਇਹਦੇ ਵਿੱਚ ਜਦੋਂ ਵੀ ਕਿ ਰੋਡ ਦੇ ਵਿੱਚ ਐਕਸੀਡੈਂਟ ਹੁੰਦਾ 30 ਕਿਲੋਮੀਟਰ ਦੇ 'ਚ ਗੱਡੀ ਸਾਡੀ ਖੜੀ ਹੋਏਗੀ ਜੀ, ਇਹਦੇ ਵਿੱਚ ਉਹਦੇ ਵੀ
ਵਿੱਚ ਸਾਨੂੰ 112 ਨੰਬਰ ਤੇ ਸਾਨੂੰ ਕਾਲ ਜਾਊਗੀ ਤੇ ਅਸੀਂ 10-15 ਮਿੰਟ ਦੇ ਵਿੱਚ ਅਸੀਂ ਸਪੋਰਟ ਤੇ ਜਾਵਾਂਗੇ। ਜਿਹੜੇ ਇੰਜਰਡ ਬੰਦੇ ਹੋਏ ਨੇ ਪ੍ਰਾਇਓਰਟੀ ਇਹੀ ਰਹਿਣੀ, ਬਿਲਕੁਲ ਜੀ ਬਿਲਕੁਲ, ਜਿਹੜੇ ਬੰਦੇ ਇੰਜਰਡ ਹੈ ਸਾਡੀ ਪ੍ਰਾਇਓਰਟੀ ਹੋਏਗੀ ਕਿ ਅਸੀਂ ਉਹਨਾਂ ਸਿੱਧਾ ਹਸਪਤਾਲ ਲੈ ਕੇ ਜਾਵਾਂਗੇ। ਠੀਕ ਹੈ, ਇਹ ਬਹੁਤ ਜ਼ਰੂਰੀ ਹੈ ਔਰ ਹਰ ਰੇਂਜ ਦੇ ਇੰਸਪੈਕਟਰ ਲੈਵਲ ਵੀ ਲਾਏ ਗਏ ਨੇ। ਸਰ ਤੁਸੀਂ ਰੋਪੜ ਰੇਂਜ ਦੇ ਇੰਸਪੈਕਟਰ ਹੋ, ਹਾਲਾਂਕਿ ਤੁਹਾਡਾ ਤਾਂ ਬੜਾ ਐਕਸਪੀਰੀਅੰਸ ਵੀ ਹੈ ਡਿਪਟੀ ਸਾਹਿਬ ਜੀ ਦਾ ਦੱਸ ਰਹੇ ਸੀਗੇ, ਕਿਉਂਕਿ ਤੁਹਾਡੀ ਪ੍ਰਾਇਓਰਟੀ ਕੀ ਰਹਿਣ ਵਾਲੀ ਹੈ? ਕਿਉਂਕਿ ਤੁਸੀਂ ਬਹੁਤ ਪੁਰਾਣੇ ਹੋ, ਤੁਸੀਂ ਦੇਖਿਆ ਐਕਸੀਡੈਂਟ ਹੁੰਦੇ ਹੈ, ਮੌਤਾਂ ਹੁੰਦੀਆਂ, ਕਈ ਵਾਰੀ ਐਂਬੂਲੈਂਸ ਲੇਟ ਹੁੰਦੀ ਹੈ ਜਾਂ ਫਿਰ ਕਈ ਵਾਰ ਪੁਲਿਸ ਵੀ ਲੇਟ ਪਹੁੰਚਦੀ ਸੀ। ਸਰ ਇਹਦਾ ਇਹੀ ਹੈਗਾ ਜੀ, ਐਕਸੀਡੈਂਟ ਦਾ ਪਤਾ ਲੱਗਦੇ ਹੀ ਕਾਲ ਆਏਗੀ ਜੀ 112 ਤੇ 108 ਤੇ ਜਿੱਦਾਂ ਵੀ ਹੈ। ਸਭ ਤੋਂ ਪਹਿਲਾਂ ਮੌਕੇ ਤੇ ਪਹੁੰਚ ਕੇ ਜੋ ਵੀ ਐਕਸੀਡੈਂਟ ਜਿਨ੍ਹਾਂ ਦਾ ਹੋਇਆ ਹੈ ਉਹਨਾਂ ਨੂੰ ਹਸਪਤਾਲ ਪਹੁੰਚਾਉਣਾ ਸਭ ਤੋਂ ਪਹਿਲੀ ਉਹ ਹੋਏਗਾ ਜੀ। ਠੀਕ ਹੈ ਜੀ, ਤਾਂ ਬਿਲਕੁਲ, ਕਿਉਂਕਿ ਸਰ ਨੇ ਜਿੱਦਾਂ ਦੱਸਿਆ ਔਰ ਸਾਰੇ ਇਕਵਿਪਮੈਂਟਸ ਵੀ ਇਹਨਾਂ ਨੂੰ ਦਿੱਤੇ ਹੋਏ ਹੈ ਔਰ ਇਹ ਸਾਰੀ ਗੱਡੀਆਂ ਅੱਜ ਤੋਂ ਸੜਕਾਂ ਤੇ ਦਿਖਣਗੀਆਂ ਔਰ ਮਕਸਦ ਇਹੀ ਹੈ ਕਿ ਰੋਡ ਤੇ ਜਿੰਨੀ ਵੀ ਜਿਹੜਾ ਗੱਡੀਆਂ ਕੋਈ ਸ਼ਰਾਬ ਪੀ ਕੇ ਚਲਾ ਰਿਹਾ ਹੈ, ਕੋਈ ਤੇਜ਼ ਰਫਤਾਰੀ ਦੇ ਨਾਲ ਚਲਾ ਰਿਹਾ, ਉਹਨਾਂ ਤੇ ਨਕੇਲ ਕਸਣੀ ਹੈ, ਲੇਕਿਨ ਹੋਰ ਵੀ ਲੋਕਾਂ ਨੂੰ ਜਾਂ ਕੋਈ ਕ੍ਰਾਈਮ ਕਰਕੇ ਕਿਸੇ ਤਰ੍ਹਾਂ ਦੀ ਕੋਈ ਗੱਡੀ ਭੱਜ ਰਹੀ ਹੈ ਜਾਂ ਕੋਈ ਫੇਕ ਨੰਬਰ ਪਲੇਟ ਲੈ ਕੇ ਸਾਰਾ ਘੁੰਮ, ਇਹ ਕ੍ਰਾਈਮ ਨੂੰ ਡਿਟੈਕਟ ਕਰਨ ਵਾਸਤੇ ਵੀ ਬਹੁਤ ਮਦਦਗਾਰ ਸਾਬਿਤ ਹੋਣ ਵਾਲੀ ਹੈ, ਜਿੱਦਾਂ ਸੀਨੀਅਰ ਅਫਸਰਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਸੀ ਔਰ ਮਕਸਦ ਇਹੀ ਹੈ ਕਿ ਹਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਇਹਨੂੰ ਡਿਪਿਊਟ ਕੀਤਾ ਜਾਵੇ ਔਰ ਸਹੀ ਸਾਰੀ ਚੀਜ਼ਾਂ ਨੂੰ, ਕਿਉਂਕਿ ਬਹੁਤ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਹਿਸਾਬ ਨਾਲ ਜਿੱਦਾਂ ਅਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ, ਅਸੀਂ ਤੁਹਾਨੂੰ ਥੋੜਾ ਜਿਹਾ ਇਹਦੇ ਚ ਦੱਸ ਦਈਏ ਕਿਉਂਕਿ ਅੱਜ ਮੀਂਹ ਵੀ ਬਹੁਤ ਜ਼ਿਆਦਾ ਪੈ ਰਿਹਾ ਹੈ। ਇਹ ਸਾਰਾ ਇੰਟੈਲੀਜੈਂਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਚੱਲਦੇ ਸਾਰੀ ਚੀਜ਼ਾਂ ਨੂੰ, ਹੁਣ ਗੱਡੀ ਸਟਾਰਟ ਹੈ, ਗੱਡੀ ਸਟਾਰਟ ਹੁੰਦੇ ਹੀ ਇਹ ਪੂਰਾ ਜਿਹੜਾ ਕੈਮਰਾ ਹੈ ਉਹ ਸਟਾਰਟ ਹੋ ਜਾਏਗਾ, ਯਾਨੀ ਕਿ ਜਿੱਦਾਂ ਜਾਣਕਾਰੀ ਦਿੱਤੀ ਸੀ ਸੀਨੀਅਰ ਅਫਸਰਾਂ ਵੱਲੋਂ ਵੀ ਕਿ ਇਹ ਪੂਰਾ ਕੈਮਰਾ ਜਿਹੜਾ ਹੈ ਇਹ ਪੂਰਾ ਹੁਣ ਸਟਾਰਟ ਹੈ, ਆਊਟਰ ਪੂਰਾ ਦਿਖ ਰਿਹਾ ਹੈ, ਇਹ ਪੂਰਾ ਆਊਟਰ ਤੁਸੀਂ ਵੇਖ ਸਕਦੇ ਹੋ ਔਰ ਇੰਟਰਨਲ ਵੀ ਇਹ ਮੋਨੀਟਰਿੰਗ ਕੀਤੀ ਜਾਏਗੀ ਪੂਰੀ ਕਿ ਇੰਟਰਨਲ ਕਿਸ ਤਰ੍ਹਾਂ ਹੋ ਰਹੀ ਹੈ। ਇਹ ਪੂਰਾ ਇੱਕ LED ਹੈ, ਇਹਦੇ ਵਿੱਚ ਪੂਰਾ ਇਹ ਸਾਰਾ ਦਿੱਤਾ ਹੋਇਆ ਔਰ ਇਹ ਮੈਡੀਕਲ ਕਿੱਟ ਹੈ, ਮੈਡੀਕਲ ਕਿੱਟ ਦੇ ਨਾਲ ਨਾਲ ਇਹ ਪੂਰਾ ਇਕਵਿਪਮੈਂਟ ਹੈ ਔਰ ਸਾਰੀ ਚੀਜ਼ਾਂ ਨੂੰ ਲੈ ਕੇ ਦੇਖਦੇ ਹੋਏ ਇਹ ਪੂਰਾ ਲੈਸ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਨਾਲ ਸਾਰੀ ਚੀਜ਼ਾਂ ਦਾ ਇਹ ਪੂਰਾ ਜਿਹੜਾ ਵਾਇਰਲੈਸ ਸੈੱਟ ਹੈ, ਹਰ ਗੱਡੀ ਦੇ ਵਿੱਚ ਵਾਇਰਲੈਸ ਸੈੱਟ ਮਿਲੇਗਾ ਔਰ ਗੱਡੀ ਦੇ ਵਿੱਚ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਪੂਰੇ ਇੰਤਜ਼ਾਮ ਜਿਹੜੇ ਪੁਲਿਸ ਵੱਲੋਂ ਕੀਤੇ ਗਏ ਨੇ ਔਰ ਅੱਜ ਤੋਂ ਇਹ ਗੱਡੀਆਂ ਸੜਕਾਂ ਤੇ ਦਿਖਣਗੀਆਂ ਵੱਖ ਵੱਖ ਰੇਂਜ ਦੇ, ਪਟਿਆਲਾ ਰੇਂਜ, ਰੋਪੜ ਰੇਂਜ, ਸਾਰੇ ਚੀਜ਼ਾਂ ਤੋਂ ਲੈ ਕੇ ਅੱਜ ਤੋਂ ਇਹ ਗੱਡੀਆਂ ਸੜਕਾਂ ਤੇ ਦਿਖਣ ਵਾਲੀਆਂ। ਮਕਸਦ ਇਹੀ ਹੈ ਕਿ ਲੋਕਾਂ ਨੂੰ ਸੁਵਿਧਾਵਾਂ, ਲੋਕਾਂ ਨੂੰ ਹੋਰ ਸਹੂਲੀਅਤ ਦਿੱਤੀ ਜਾਵੇ, ਐਕਸੀਡੈਂਟ ਘੱਟ ਤੋਂ ਘੱਟ ਹੋਣ, ਤੇਜ਼ ਰਫਤਾਰੀ ਦੇ ਜਿਹੜਾ ਹੈਗਾ ਉਹ ਬ੍ਰੇਕ ਲੱਗਣ, ਕੋਈ ਗੱਡੀ ਸ਼ਰਾਬ ਪੀ ਕੇ ਚਲਾ ਰਿਹਾ, ਨਸ਼ਾ ਕਰਕੇ ਚਲਾ ਰਿਹਾ, ਉਹਦੇ ਤੇ ਨਕੇਲ ਕਸੀ ਜਾਵੇ, ਕਿਉਂਕਿ 112 ਤੇ ਜੇਕਰ ਤੁਸੀਂ ਡਾਇਲ ਕਰੋਗੇ ਤੇ ਹਰ 30 ਕਿਲੋਮੀਟਰ ਦੇ ਦਾਇਰੇ ਤੇ ਇਹ ਗੱਡੀਆਂ ਤੁਹਾਨੂੰ ਮਿਲਣਗੀਆਂ, ਜਿਹੜੀ ਪੂਰੀ ਸੁਰੱਖਿਆ ਜਿਹੜੇ ਪੁਲਿਸ ਮੁਲਾਜ਼ਮ ਨੇ ਇੱਕ ਡਰਾਈਵਰ ਦੇ ਨਾਲ ਪੂਰੀ ਪੁਲਿਸ ਟੀਮ ਹੋਣਗੀ ਔਰ ਸਾਰੀ ਚੀਜ਼ਾਂ ਨੂੰ ਲੈ ਕੇ, ਮੈਡੀਕਲ ਕਿੱਟ ਜਿਹੜੀ ਫਸਟ ਏਡ ਹੈ ਜਿਹਨੂੰ ਕਹਿੰਦੇ ਹੈ, ਉਹ ਸਾਰੀ ਚੀਜ਼ਾਂ ਤੁਹਾਨੂੰ ਦੇ ਕੇ ਹਸਪੀਟਲ ਪਹੁੰਚਾਉਣ ਦੀ ਜ਼ਿੰਮੇਵਾਰੀ, ਸਾਰੀ ਚੀਜ਼ਾਂ ਔਰ ਕ੍ਰਾਈਮ ਜਿੱਦਾਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ, ਜਿੱਦਾਂ ਸਰ ਨੇ ਵੀ ਕਿਹਾ ਕਿ ਕ੍ਰਾਈਮ ਡਿਟੈਕਟ ਕਰਨ ਵਾਸਤੇ ਵੀ ਬਹੁਤ ਜ਼ਿਆਦਾ ਮਦਦਗਾਰ ਹੋਣਗੀ, ਕਿਉਂਕਿ ਪਿਛਲੇ ਦਿਨ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਗੱਡੀਆਂ ਜਿਹੜੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਭੱਜ ਜਾਂਦੀ ਹੈ ਜਾਂ ਫਿਰ ਜਿਹੜੇ ਸ਼ਾਤਿਰ ਅਪਰਾਧੀ ਹੈ ਨਿਕਲ ਜਾਂਦੇ ਹੈ, ਇਹ ਗੱਡੀਆਂ ਉਹਦੇ ਵਿੱਚ ਵੀ ਮਦਦਗਾਰ ਸਾਬਿਤ ਹੋਣ ਵਾਲੀ ਹੈ ਕਿ ਕਿਸ ਤਰ੍ਹਾਂ ਕ੍ਰਾਈਮ ਨੂੰ ਵੀ ਡਿਟੈਕਟ ਕਰਨਾ ਹੈ, ਰੋਡ ਐਕਸੀਡੈਂਟਸ ਨੂੰ ਵੀ ਅਸੀਂ ਕਿਸ ਤਰ੍ਹਾਂ ਰੋਕਣਾ ਹੈ, ਨਸ਼ਾ ਕਰਕੇ ਜਿਹੜੇ ਗੱਡੀਆਂ ਚਲਾ ਰਹੇ ਹੈ ਜਾਂ ਫਿਰ ਸ਼ਰਾਰਤੀ ਜਿਹੜੇ ਅਨਸਰ ਹੈ ਉਹ ਇੱਕ ਸਟੇਟ ਤੋਂ ਦੂਜੇ ਸਟੇਟ ਇੰਟਰ ਹੋ ਰਹੇ ਹੈ, ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਜਿਹੜੀ ਹੈ ਮਦਦ ਮਿਲਣ ਵਾਲੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।